ਕਮਿੰਗ ਟੂ ਹੈਲਥ ਇੰਡਸਟਰੀ ਭਾਅ ਜੀ, ਹੁਣ ਆਪਾਂ ਇੱਕ ਡਾਈਟੀਸ਼ੀਅਨ ਆ, ਉਹਦੀ ਵੈਲਿਊ ਕੀ ਆ? ਉਹਦੇ ਕੋਲ ਰਾਜ ਭਾਅ ਜੀ ਆਏ ਕਿ ਭਾਈ ਮੈਂ ਡੋਲੇ ਬਣਾਉਣੇ ਆ, ਮੈਂ ਬੜਾ ਮਸਕੂਲਰ ਬਣਨਾ ਹੈਗਾ, ਦੱਸੋ ਮੈਂ ਕੀ ਕਰਾਂ? ਮੈਂ ਆਪਣੀ ਐਕਸਪਰਟਿਸ ਨਾਲ ਦੱਸਣਾ ਆ ਯਾਰ ਭਾਈ, ਇੰਨਾ ਪ੍ਰੋਟੀਨ ਖਾਇਆ ਕਰੋ, ਇੰਨਾ ਕਾਰਬ ਖਾਇਆ ਕਰੋ, ਮੈਂ ਪ੍ਰੋਡਕਟ ਚੱਕਣੇ ਆ, ਆਹ ਫੂਡ ਚੱਕਣਾ ਆ, ਇਹ 'ਚੋਂ ਸਾਰਾ ਕੁਛ ਦੱਸਿਆ, ਤਾਂ ਤੁਹਾਨੂੰ ਮੈਂ ਆਪਣੇ ਬੈਸਟ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਇੱਕ ਡਾਇਟ ਦੇ ਦਿੱਤੀ। ਹੁਣ ਮੈਨੂੰ ਵੀ ਤੁਹਾਡੀ ਬਾਡੀ ਬਾਰੇ ਤਾਂ ਉਹਨਾਂ ਕੁ ਪਤਾ ਜਿੰਨਾ ਕੁ ਤੁਸੀਂ ਦੱਸਿਆ ਆ। ਹੁਣ ਇੱਕ ਪਾਸੇ ਆ ਗਿਆ ਚੈਟ GPT, ਤੁਸੀਂ ਜੋ ਸੋਚਣਾ ਵੀ ਨਹੀਂ ਆ, ਤੁਸੀਂ ਉੱਥੇ ਸਰਚ ਕਰਨਾ ਆ, ਉਹਨੇ ਕਿਤੇ ਬੈਸਟ ਡਾਇਟ ਬਣਾ ਕੇ ਤੁਹਾਡੇ ਹੱਥ 'ਚ ਫੜਾ ਦੇਣੀ ਆ। ਅਤੇ ਮੈਂ ਤਾਂ ਖਤਮ ਹੋ ਗਿਆ ਭਾਅ ਜੀ, ਇਹ ਸੱਚ ਆ ਕਿ ਇਹ ਇੱਕ ਭਰਾਮੀ ਆ? ਹੋ ਸਕਦਾ ਕਾਫੀ ਅੱਛੀ ਡਾਇਟ ਪਲਾਨ ਉੱਥੇ ਤਿਆਰ ਕਰਕੇ ਦੇਖ ਸਕਦਾ ਤੁਹਾਨੂੰ, ਬਟ ਇੱਕ ਕਹਿੰਦੇ ਨੇ ਇੱਕ ਪਰਸਨਲ ਫੀਲ ਹੁੰਦਾ ਕਿ ਬੰਦਾ ਸਮਝਦਾ ਸਾਹਮਣੇ ਵਾਲਾ ਤੁਹਾਨੂੰ, ਹਲੇ ਉਸ ਲੈਵਲ ਤੱਕ ਨਹੀਂ ਪਹੁੰਚਿਆ ਕਿ ਮਤਲਬ ਤੁਸੀਂ ਐਜ਼ ਅ ਡਾਈਟੀਸ਼ੀਅਨ ਤੁਸੀਂ ਇੱਕ ਸਾਹਮਣੇ ਵਾਲੇ ਜਿਹੜਾ ਤੁਹਾਡੇ ਕੋਲ ਕਲਾਇੰਟ ਆਇਆ, ਤੁਸੀਂ ਉਹਨੂੰ ਸਮਝ ਪਾ ਰਹੇ ਹੋ, ਤੁਸੀਂ ਬਕਾਇਦਾ ਉਹਨਾਂ ਨਾਲ ਗੱਲਬਾਤ ਕਰ ਰਹੇ ਹੋ, ਬਕਾਇਦਾ ਪ੍ਰੋਪਰ ਤੁਹਾਡੀ ਡੀਪਲੀ ਗੱਲ ਹੋਈ ਹੈ, ਤੁਸੀਂ ਉਹਦਾ ਲਾਈਫ ਸਟਾਈਲ ਦੇਖਿਆ ਹੈ, ਬਕਾਇਦਾ ਕਿ ਦਿਨੇ ਕੀ ਕਰਦਾ ਹੈ, ਦੁਪਹਿਰੇ ਕਿੱਥੇ ਜਾਂਦਾ ਹੈ, ਕਿੰਨਾ ਕੁ ਉਹਦੀ ਲਾਈਫ 'ਚ ਸਟ੍ਰੈਸ ਚੱਲ ਰਿਹਾ ਜਾਂ ਕਿੰਨਾ ਕੁ ਉਹ ਭੱਜ ਦੌੜ ਕਰਦਾ ਪਿਆ। ਹੁਣ ਇਹ ਐਗਜੈਕਟ ਕਿੰਨੀ ਭੱਜ ਦੌੜ ਕਰ ਰਿਹਾ, ਇਹ ਚੀਜ਼ ਆਪਾਂ ਚੈਟ GPT ਹਾਲੇ ਨਹੀਂ ਦੱਸ ਸਕਦੇ ਆਪਾਂ, ਹਾਲੇ ਉਹ ਫਿਰ ਵੀ ਕੈਲਕੂਲੇਟਡ ਬੇਸਿਸ ਦੇ ਉੱਤੇ ਸਾਨੂੰ ਜੱਜ ਕਰਕੇ ਸਾਨੂੰ ਦੱਸੂਗਾ, ਰਿਪੋਰਟ ਤਿਆਰ ਕਰਕੇ ਦਊਗਾ। ਕੀ ਆਪਾਂ ਇੱਕ ਡਾਇਟ ਦੇਖ ਸਕਦੇ ਹੈਗੇ ਆ, ਜੇ ਐਗਜ਼ਾਮਪਲ ਤੁਸੀਂ ਆਪਣੇ ਲਈ ਇੱਕ ਬਲਕਿੰਗ ਡਾਇਟ ਲੈਣੀ ਹੋਏ, ਵੀ ਕੈਨ ਵੀ ਆਸਕ ਚੈਟ GPT, ਸਕਰੀਨ ਰਿਕਾਰਡਿੰਗ ਕਰ ਲਿਓ ਪਲੀਜ਼ ਇਹਦੀ। ਹਾਂ ਸਕਰੀਨ ਰਿਕਾਰਡਿੰਗ ਆਨ ਕਰ ਦਿੰਦੇ ਆਪਾਂ, ਟਰਾਈ ਕਰਾਂ ਕੀ ਕਰਦੇ ਆ। ਹਾਂ ਤੁਸੀਂ ਆਪਣੀ ਅੱਜ ਭਾਈ ਤੁਹਾਡੀ ਡਾਇਟ ਪਲਾਨ ਬਣਾ ਕੇ ਦਿੰਦੇ ਆਈ ਤੋਂ, ਇਹ ਤਾਂ ਮੈਂ ਆਪੇ ਬਣਾ ਲੈਣੀ, ਤੁਸੀਂ ਬਣਾ ਕੇ ਦਿਓ ਨਾ, ਇੱਦਾਂ ਕਰਦੇ ਤਾਂ ਤੁਸੀਂ 2 ਮਹੀਨੇ ਉਹਦੀ ਫੋਲੋ ਕਰਿਓ, ਫਿਰ 2 ਮਹੀਨੇ ਮੇਰੀ ਫੋਲੋ ਕਰਿਓ, ਲੈਟ ਸੀ ਕਿਹਦਾ ਰਿਜ਼ਲਟ ਸਾਰਾ ਵਧੀਆ ਮਿਲਣਾ। ਹਾਂ ਇਹ ਗੱਲ ਹੈ ਤੁਹਾਡੀ, ਪਰਸਨਲ ਟੱਚ ਹਮੇਸ਼ਾ ਮਿਸਿੰਗ ਰਹੇਗਾ, ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਕਿਸੇ ਡਾਈਟੀਸ਼ੀਅਨ ਨਾਲ ਕਨੈਕਟ ਕਰਦੇ ਹੋ ਤਾਂ ਉਹ ਤੁਹਾਨੂੰ ਮੋਟੀਵੇਟ ਕਰਦਾ ਆ, ਇਹਨੇ ਮੋਟੀਵੇਟ ਨਹੀਂ ਕਰਨਾ ਕਦੀ ਵੀ, ਨਹੀਂ ਜੇ ਕਵਾਂਗੇ ਤਾਂ ਉਹ ਵੀ ਕਰ ਦੋਗੇ ਵੈਸੇ। ਅੱਛਾ ਕੰਮ ਖਤਰੇ 'ਚ ਆ ਸਾਡਾ ਹੈ ਨਾ। ਸੋ ਹੁਣ ਆਪਾਂ ਰਾਜਪੇ ਦੀ ਡਾਇਟ ਬਣਾਉਣ ਲੱਗੇ ਹੈਗੇ ਹਾਂ ਵਿਦ AI ਚੈਟ GPT ਦੇ ਨਾਲ। ਸੋ ਕਿੱਦਾਂ ਭਾਈ, ਪ੍ਰੋਮਪਟ ਇੰਜੀਨੀਅਰਿੰਗ ਕੀ ਹੈਗਾ, ਆਪਾਂ ਨੂੰ ਕੁਛ ਨਹੀਂ ਪਤਾ। ਠੀਕ ਆ, ਇੱਕ ਪਹਿਲਾਂ ਸਟਾਰਟ ਕਰਦੇ ਬੇਸਿਕ ਜਿਹਾ ਪ੍ਰੋਮਪਟ ਤੋਂ। ਲਿਖ ਦਿੰਦੇ ਹਾਂ, ਇਮੈਜਿਨ ਯੂ ਆਰ ਜੋ ਵੀ ਇਹਨੂੰ ਆਪਾਂ ਡਾਈਟੀਸ਼ੀਅਨ। ਅੱਛਾ ਪਹਿਲਾਂ ਉਹਨੇ ਦੱਸਣਾ ਕਿ ਤੂੰ ਡਾਈਟੀਸ਼ੀਅਨ ਆ। ਹਾਂ ਇਹ ਡਾਈਟੀਸ਼ੀਅਨ ਬਣ ਜੂਗੀ। ਹਾਂ ਵਾਓ, 10 ਸਾਲ ਦੀ ਪੜ੍ਹਾਈ, 20 ਸਾਲ ਦੀ ਐਜੂਕੇਸ਼ਨ ਇਨ ਵਨ ਪ੍ਰੋਮਪਟ। ਇਮੈਜਿਨ ਯੂ ਆਰ ਡਾਈਟੀਸ਼ੀਅਨ, ਮੇਕ ਅ ਡਾਈਟ ਪਲਾਨ ਫੋਰ ਜਿਵੇਂ ਆਪਾਂ ਲੀਨ ਬਲਕ ਐਗਜ਼ਾਮਪਲ। ਹਾਂ ਪਹਿਲਾਂ ਆਪਾਂ ਉਹ ਦੱਸ ਦਿੰਦੇ ਵੀ ਆਪਾਂ ਕੰਟਰੀ ਦਾ ਦੱਸ ਦਿੰਦੇ, ਆਪਾਂ ਇੰਡੀਆ ਦੇ ਹੈਗੇ ਹਾਂ, ਕਿਉਂਕਿ ਇੰਡੀਆ ਦਾ ਸਮਝ ਸਾਨੂੰ ਦੱਸੇ। ਓਕੇ ਨਾ, ਮੇਕ ਅ ਡਾਈਟ ਪਲਾਨ ਫੋਰ ਐਨ ਇੰਡੀਅਨ ਮੇਲ, ਏਜ ਲਿਖ ਦਿੰਦੇ ਹਾਂ, ਵੈਜੀਟੇਰੀਅਨ। ਹਾਂ ਡਾਈਟ ਪਲਾਨ ਫੋਰ ਇੰਡੀਅਨ ਮੇਲ, ਵੈਜੀਟੇਰੀਅਨ ਡਾਈਟ ਪਲਾਨ ਕਰ ਦਿੰਦੇ ਹਾਂ ਨਾ। ਹਾਂ ਫੋਰ ਐਨ ਇੰਡੀਅਨ ਮੇਲ ਆਫ ਏਜ 30, ਅਤੇ ਹੋਰ ਆਪਾਂ ਕੀ ਇਹ 'ਚ ਲਿਖਣਾ, ਬਲਕ ਕਰਨਾ ਚਾਹੁੰਦੇ, ਵੇਟ ਗੇਨ ਕਰਨਾ ਚਾਹੁੰਦੇ ਹਾਂ। ਹਾਂ ਫੋਰ ਵੇਟ ਗੇਨ, ਅਤੇ ਆਪਾਂ ਕੁਛ ਲਿਖ ਦਿੰਦੇ ਡੇਲੀ ਐਕਟੀਵਿਟੀ, ਹੂਜ਼ ਡੇਲੀ ਐਕਟੀਵਿਟੀਜ਼ 60 ਮਿੰਟਸ ਜਿਮ। ਠੀਕ ਆ ਵੀ, 1 ਘੰਟਾ ਬੰਦਾ ਜਿਮ ਲਾਉਂਦਾ, 60 ਮਿੰਟਸ ਜਿਮ। ਹੋਰ ਬੰਦਾ ਕੁਛ ਹੋਰ, ਤੁਸੀਂ ਕੀ ਪੁੱਛਦੇ ਹੋ ਕਲਾਇੰਟ ਨੂੰ, ਆਪਾਂ ਉਹ ਉਨੀ ਕੁ ਇਨਫੋਰਮੇਸ਼ਨ ਥੋੜ੍ਹੀ ਹੋਰ ਭਰ ਦਿੰਦੇ ਹਾਂ ਆਪਾਂ। ਡੇਟ, ਉਹਦੀ ਹਾਈਟ ਵੇਟ ਪੁੱਛਦੇ ਹਾਂ ਆਪਾਂ ਉਹਦੀ। ਓਕੇ ਹਾਈਟ ਲਿਖ ਦਿੰਦੇ ਹਾਂ ਨਾ। ਓਕੇ ਹਾਈਟ ਇਜ਼ 6 ਫੀਟ, ਹਾਈਟ ਇਜ਼ 6 ਫੀਟ, ਕਰੰਟ ਵੇਟ ਹੈਗਾ ਆ 76 ਕੇਜੀਸ, ਮੈਨੂੰ ਆਪਣੀ ਵੇਟ ਜ਼ਿਆਦਾ ਗਿਆ। ਅੱਛਾ ਚਲੋ ਆਪਾਂ ਦੇਖੀਏ ਕਿ ਆਪਾਂ ਕੀ ਗਲਤ ਕਰ ਰਹੇ ਹਾਂ। ਅਤੇ ਕਿੰਨੀਆਂ ਮੀਲਸ ਤੁਸੀਂ ਰੱਖਣੀਆਂ ਚਾਹੁੰਦੇ ਹੋ ਵਿੱਚ? ਮੈਂ ਚਾਹੁੰਦਾ ਹਾਂ ਕਿ ਮੈਂ ਇੰਟਰਮੀਡੈਂਟ ਫਾਸਟਿੰਗ ਦੇ ਨਾਲ ਕਰਾਂ, ਇਹ ਵੀ ਵਿੱਚ ਪਾ ਸਕਦਾ ਮੈਂ? ਪਾ ਦਿੰਦੇ ਹਾਂ ਵਿਦ ਇੰਟਰਮੀਡੈਂਟ ਫਾਸਟਿੰਗ। ਉਹ ਆਪਾਂ ਅੱਗੇ ਕਰਦੇ ਹਾਂ, ਪਹਿਲਾਂ ਇੱਕ ਦੇਖ ਲੈਂਦੇ ਵੀ ਕੀ ਢਾਂਚਾ ਕੱਢ ਗਿਆ। 3 ਮੀਲਸ, 3 ਮੀਲਸ ਦੇ ਵਿੱਚ ਐਡ ਹੀ ਵਾਂਟ ਟੂ ਟੇਕ 3 ਮੀਲਸ ਅ ਡੇ। ਯੈਸ ਠੀਕ ਹੈ, ਹੁਣ ਆਪਾਂ ਕਰਦੇ ਹਾਂ ਐਂਟਰ, ਦੇਖਦੇ ਹਾਂ ਇੱਕ ਵਾਰੀ ਪੜ੍ਹ ਲੈਣੀ। ਇਮੈਜਿਨ ਯੂਅਰ ਡਾਈਟੀਸ਼ੀਅਨ, ਇੰਡੀਅਨ ਮੇਲ, 30 ਸਾਲ ਦੀ ਉਮਰ ਹੈ, ਫੋਰ ਵੇਟ ਗੇਨ, 1 ਘੰਟਾ ਜਿਮ ਜਾਂਦਾ, ਹਾਈਟ 6 ਫੁੱਟ ਹੈ, ਵੇਟ 76 ਕਿਲੋ, 76 ਕੇਜੀ ਲਿਖਦੇ ਨੇ, ਇਹਨੂੰ ਪਤਾ ਨਹੀਂ ਲੱਗਣਾ ਨਹੀਂ ਤਾਂ। ਹੀ ਵਾਂਟ ਟੂ ਟੇਕ 3 ਮੀਲਸ ਅ ਡੇ। ਠੀਕ ਹੈ ਜੀ, ਹੁਣ ਆਪਾਂ ਕਰਦੇ ਹਾਂ ਐਂਟਰ, ਉਹ ਚੀਜ਼ ਦੇਖਦੇ ਹਾਂ ਜਾਦੂ। ਅੱਛਾ ਜੀ, ਓਕੇ ਜੀ, ਹਾਂਜੀ, ਕਿਆ ਬਾਤ ਹੈ, ਕਿਆ ਬਾਤ ਹੈ, 3 ਮੀਲਸ ਆ ਗਈਆਂ। ਨਾਸ਼ਤਾ ਜੀ ਤੁਹਾਡਾ ਆ ਗਿਆ 8 ਵਜੇ, ਜਿਹਦੇ ਵਿੱਚ ਤੁਸੀਂ ਖਾਣਾ 2 ਹੋਲ ਵੀਟ ਬ੍ਰੈਡ ਸਲਾਈਸ ਵਿਦ 2 ਟੇਬਲਸਪੂਨ ਆਫ ਪੀਨਟ ਬਟਰ, ਓਕੇ, 1 ਕੇਲਾ ਖਾਣਾ, ਠੀਕ ਹੈ, 1 ਗਲਾਸ ਫੁੱਲ ਫੈਟ ਮਿਲਕ ਦਾ, ਔਰ ਪ੍ਰੋਟੀਨ ਸ਼ੇਕ, ਦੋਨਾਂ 'ਚ ਇੱਕ ਚੀਜ਼, ਅਤੇ 4-5 ਤੁਸੀਂ ਬਦਾਮ ਭਿਉਂ ਕੇ ਇਹਦਾ ਨਟਸ ਵਗੈਰਾ ਉਹ ਖਾ ਲੈਣੇ ਨੇ, ਠੀਕ ਹੈ, 8 ਵਜੇ ਹੈ ਨਾ। ਫਿਰ 11 ਵਜੇ ਤੁਹਾਡੀ ਅਗਲੀ ਮੀਲ ਹੋਏਗੀ, ਜਿਹਦੇ 'ਚ ਤੁਸੀਂ ਇੱਕ ਜਾਂ ਤਾਂ ਗ੍ਰੀਕ ਯੋਗਟ ਖਾ ਲਓ ਜਾਂ ਪਨੀਰ ਖਾ ਲਓ,
ਨਾਲ ਸਲਾਦ ਤੇ ਸਬਜ਼ੀਆਂ ਚੌਪ ਕਰਕੇ, ਖੀਰਾ ਟਮਾਟਰ, ਬੈਲ ਪੈਪਰ ਵਗੈਰਾ, ਸੈਲਡ ਆ ਗਿਆ, ਪਨੀਰ ਸੈਲਡ ਆ ਗਿਆ, ਕਾਈਂਡ ਆਫ ਨਾਲ ਫਰੂਟ ਸੈਲਡ, ਕੋਈ ਵੀ ਸੀਜ਼ਨਲ ਐਪਲ, ਔਰੇਂਜ, ਓਕੇ. ਫਿਰ ਤੀਸਰੀ ਮੀਲ ਤੁਹਾਡੀ ਆ ਰਹੀ ਹੈ ਲੰਚ. ਅੱਛਾ, ਇਹਨੇ ਵਿੱਚ ਇੱਕ ਸਨੈਕ ਮੀਲ ਐਡ ਕੀਤੀ, ਸਨੈਕ ਮੀਲ ਐਡ ਕੀਤੀ, ਹੁਣ ਤੇ 3 ਮੇਜਰ ਮੀਲਸ ਆ ਗਏ. ਹਾਂ, 3 ਮੇਲ ਮੇਨ ਮੀਲਸ ਆ. ਫਿਰ ਅਗਲੀ ਤੁਹਾਡੀ ਆ ਰਹੀ ਹੈ 1 ਕੱਪ, ਦੁਪਹਿਰ ਦਾ ਤੁਹਾਡਾ ਲੰਚ ਹੋਏਗਾ 1:30 ਵਜੇ, ਉਹਦੇ ਵਿੱਚ ਤੁਸੀਂ ਖਾਣਾ 1 ਕੱਪ ਆਪਣਾ ਬਰਾਊਨ ਰਾਈਸ ਤੇ ਦਾਲ ਦੇ ਨਾਲ ਹੋ ਗਈ ਜਾਂ ਰਾਜਮਾ ਵਗੈਰਾ ਹੋ ਗਏ, ਨਾਲ 1 ਕਟੋਰੀ ਸਬਜ਼ੀ ਦੀ ਤੇ 2 ਰੋਟੀਆਂ ਤੇ ਨਾਲ ਸਲਾਦ. ਚਲੋ ਜੀ, ਲੰਚ ਹੋ ਗਿਆ. ਫਿਰ ਅਗਲਾ ਇੱਕ ਹੋਰ ਸਨੈਕ ਮੀਲ ਇਹਨੇ ਐਡ ਕੀਤੀ ਆ, 1 ਉਬਲਿਆ ਹੋਇਆ ਆਲੂ ਖਾਣਾ ਤੁਸੀਂ, ਓਕੇ, ਹਾਂ, ਤੇ ਨਾਲ 1 ਸਕੂਪ ਆਪਣਾ ਵੇ ਪ੍ਰੋਟੀਨ ਦੁੱਧ ਦੇ ਵਿੱਚ ਜਾਂ ਪਾਣੀ ਵਿੱਚ, ਓਕੇ. ਫਿਰ ਤੁਹਾਡੀ ਡਿਨਰ ਮੀਲ ਆ ਗਈ, ਤੇ ਉਹਦੇ ਵਿੱਚ 1 ਤੁਸੀਂ ਸੂਪ ਪੀਣਾ, ਵੈਜੀਟੇਬਲ ਸੂਪ, ਓਕੇ, ਤੇ 1 ਸਰਵਿੰਗ ਆਫ ਪਨੀਰ ਨਾਲ ਵੈਜੀਟੇਬਲਸ ਤੇ 2 ਰੋਟੀਆਂ, ਓਕੇ. ਇਹਨੇ ਕੈਲਰੀਜ਼ ਵਗੈਰਾ ਵੀ ਦੱਸੀਆਂ ਸਾਰੀਆਂ, ਕਿੰਨੀਆਂ ਬਣੀਆਂ ਕਿੰਨੀਆਂ ਨਹੀਂ? ਨਹੀਂ, ਉਹ ਨਹੀਂ ਦੱਸਿਆ, ਪਰ ਆਪਾਂ ਜੇ ਪੁੱਛਾਂਗੇ ਉਹ ਵੀ ਦੱਸ ਦੂਗਾ. ਫਿਰ ਇੱਕ ਬਿਫੋਰ ਬੈੱਡ ਮੀਲ ਇਹਨੇ ਦੱਸੀ ਹੈ, 1 ਗਲਾਸ ਦੁੱਧ ਪੀ ਕੇ ਸੋਣਾ, ਨਾਲ ਥੋੜ੍ਹੇ ਨਟਸ ਖਾ ਕੇ ਸੌਂ ਜਾਓ. ਮੇਰੇ ਖਿਆਲ 'ਚ ਇਹਨੇ ਕੀ ਕੀਤਾ ਆ ਕਿ ਮੇਰੀ 3000 ਕੈਲਰੀਜ਼ ਤੋਂ ਵੱਧ ਹੀ ਮੀਲ ਬਣਾਈ ਹੈ, ਕਿਉਂਕਿ ਜੇ ਤੁਸੀਂ ਵੇਟ ਗੇਨ ਕਿਹਾ ਹੈ 76 ਕਿਲੋ 6 ਫੁੱਟ ਹਾਈਟ ਦੇ ਉੱਤੇ, ਮੇਰੀ ਜਿਹੜੀ ਬਰਨਿੰਗ ਕੈਲਰੀਜ਼ ਉਹ 2500 ਬਣਦੀਆਂ ਆ. ਸੋ ਇੰਨੇ ਜੋ ਦੱਸੀ ਆ ਡਾਇਟ, ਜੋ ਕਿ ਬਹੁਤ ਜ਼ਿਆਦਾ ਆ ਖਾਣ ਨੂੰ, ਜੋ ਕਿ ਬਣਦੀ ਇੰਨੀ ਆ, ਵੇਟ ਗੇਨ ਇੱਦਾਂ ਹੀ ਹੋਣਾ ਆ, ਤੇ ਉਹ 3000 ਤੋਂ ਉੱਤੇ ਹੈਗੀ ਆ. ਮਤਲਬ ਕਿੰਨੇ ਨੰਬਰ ਦਓਗੇ 100 ਚੋਂ? ਸਰ ਮੈਨੂੰ ਇਹ ਸਾਰਾ ਕੈਲਕੂਲੇਟ ਕਰਨ ਵਾਸਤੇ ਇਟ ਵੁੱਡ ਹੈਵ ਟੇਕਨ ਮੀ, ਮੀਨਸ ਮੈਨੂੰ ਪਰਸਨਲੀ, ਜੇ ਮੇਰੇ ਕੋਲ ਇੱਦਾਂ ਕੋਈ ਆਉਂਦਾ ਆ ਤਾਂ ਮੈਨੂੰ ਉਹਦੀ ਸਾਰੀ ਲਾਈਫ ਸਟਾਈਲ ਨੂੰ ਸਮਝਣ ਵਾਸਤੇ ਮੈਨੂੰ ਕਾਫੀ ਟਾਈਮ ਲੱਗ ਜਾਂਦਾ ਹੈ. ਫਿਰ ਉਹਨੂੰ ਦੇਖਣਾ ਪੈਂਦਾ ਹੈ ਕਿਹੜੀ ਕੈਲਰੀਜ਼ ਕਿਹਨੂੰ ਕਿਹੜੀ ਦੇਵਾਂ, ਹਰ ਚੀਜ਼ ਨੂੰ ਬੈਲੈਂਸ ਕਿੱਦਾਂ ਕਰਾਂ, ਉਹਦੇ ਵੈਜੀਟੇਰੀਅਨ ਹੋਣ ਦੇ ਨਾਲ ਆਹ ਮੈਂ ਸੋਰਸ ਚੱਕਾਂ, ਆਹ ਸੋਰਸ ਚੱਕਾਂ. ਮੇਰੇ ਖਿਆਲ 'ਚ ਬਹੁਤ ਹੀ ਜ਼ਿਆਦਾ ਸਿਮਿਲਰ ਹੀ ਡਾਇਟ ਪਲਾਨ ਹੋਏਗੀ ਜਿੰਨਾ ਕਿ ਮੈਨੂੰ ਦੱਸਿਆ ਜਾਏਗਾ ਕਿਸੇ ਵੀ ਪਰਫੈਕਟ ਡਾਇਟੀਸ਼ੀਅਨ. ਆਪਾਂ ਇਹਨੂੰ ਪੁੱਛ ਕੇ ਦੇਖੀਏ ਕੈਲਰੀਜ਼ ਵਗੈਰਾ ਕਿੱਦਾਂ. ਹਾਂ, ਪਲੀਜ਼, ਕੱਲੀ ਕੱਲੀ ਚੀਜ਼ ਦੀ ਕਿ ਕਿੱਦਾਂ? ਨਹੀਂ, ਓਵਰਆਲ 1 ਦਿਨ ਦੀ ਕਿੰਨੀ ਕੈਲਰੀਜ਼ ਬਣੀ ਆ ਜੋ ਇਹਨੇ ਦੱਸਿਆ? ਓਕੇ, ਪ੍ਰੋਟੀਨ, ਕਾਰਬ ਅਤੇ ਫੈਟਸ ਕਿੰਨੀਆਂ ਬਣੀਆਂ ਟੋਟਲ ਇਹਦੀਆਂ? ਕੈਲਕੂਲੇਟ ਟੋਟਲ ਕੈਲਰੀਜ਼ ਐਂਡ ਆਲਸੋ ਮੈਂਸ਼ਨ ਮੈਕਰੋਸ, ਮੈਕਰੋਨਿਊਟ੍ਰੀਐਂਟ. ਆਲਸੋ ਮੈਂਸ਼ਨ ਮੈਕਰੋਨਿਊਟ੍ਰੀਐਂਟਸ, ਮੈਕਰੋਨਿਊਟ੍ਰੀਐਂਟਸ ਆਪਣੇ ਆਪ ਉਹੀ ਚੀਜ਼ ਆ, ਪ੍ਰੋਟੀਨ, ਫੈਟ, ਕਾਰਬ ਵੀ ਹੁੰਦੇ. ਹਾਂਜੀ, ਕਿਵੇਂ ਦੱਸਣਾ ਪਊਗਾ ਹਲੇ? ਪਤਾ ਨਹੀਂ, ਦੇਖਦੇ ਹਾਂ. ਆਈ ਥਿੰਕ ਸੋ, ਦੇਖਦੇ ਹਾਂ, ਇਹੀ ਆ. ਕੱਢਦਾ ਕੱਢ ਰਿਹਾ, ਹਲੇ ਕੱਲੀ ਕੱਲੀ ਚੀਜ਼ ਹੀ ਕੱਢ ਰਿਹਾ, ਕੱਲੀ ਟੋਟਲ ਦੇ ਦਾਂ ਮੈਂ ਟੋਟਲ. ਕੀ ਖਤਮ? ਜੌਬਸ ਖਤਮ? ਓਕੇ ਓਕੇ, ਆ ਗਿਆ ਆ ਗਿਆ. ਹਾਂ, ਓਕੇ, ਟੋਟਲ ਤੁਹਾਡਾ ਹੈਗਾ 3000, ਤੁਹਾਡਾ ਡੇਲੀ ਇਨਟੇਕ ਹੋਏਗਾ 2500 ਤੋਂ 3000 ਕੈਲਰੀਜ਼ ਦੇ ਵਿੱਚ ਵਿੱਚ. ਹਾਂਜੀ, ਤੇ ਉਹ ਤੁਸੀਂ ਪ੍ਰੋਟੀਨ ਤੁਹਾਡਾ ਅਰਾਊਂਡ ਬਣ ਰਿਹਾ 90 ਤੋਂ 120 ਦੇ ਵਿੱਚ, ਬਿਲਕੁਲ. ਕਾਰਬੋਹਾਈਡਰੇਟ 300 ਤੋਂ 400 ਗ੍ਰਾਮ, ਫੈਟ ਤੁਹਾਡਾ 80 ਤੋਂ 100 ਗ੍ਰਾਮ ਦੇ ਵਿੱਚ ਵਿੱਚ ਰਹੇਗਾ. ਮੇਰੀ ਮੈਕਰੋ ਹਮੇਸ਼ਾ ਹੀ ਰਹੇਗੀ. ਅੱਛਾ, ਬਿਲਕੁਲ ਇਹੀ ਰਹੇਗੀ, ਪ੍ਰੋਟੀਨ ਇੰਨਾ, ਫੈਟਸ. ਮਾਈ ਨਿਊ ਡਾਈਟੀਸ਼ਨ, ਓ ਮਾਈ ਗੋਡ. ਸੋ ਇਹ ਹੋਇਆ ਭਾਅ ਜੀ ਸਾਡੀ ਡਾਈਟੀਸ਼ਨ ਦੀ, ਜਿੰਨਾ ਮਰਜ਼ੀ ਕਰ ਲਓ, ਕਿਉਂਕਿ ਜਿੱਦਾਂ ਜਿੱਦਾਂ ਇੱਥੇ ਪ੍ਰੋਮਪਟਸ ਪੈਂਦੇ ਰਹਿਣਗੇ ਉਦਾਂ ਉਦਾਂ ਇਹ ਇੰਟੈਲੀਜੈਂਟ ਹੁੰਦੀ ਰਹੇਗੀ, ਹੋਰ ਇਹਨੇ ਇੰਟੈਲੀਜੈਂਟ ਹੋ ਜਾਣਾ. ਇਹ ਕਿਹੜਾ ਚੈਟ ਜੀਪੀਟੀ ਕਿਹੜਾ ਚੱਲਦਾ ਪਿਆ ਇਸ ਟਾਈਮ? ਇਸ ਟਾਈਮ ਤਾਂ ਵੈਸੇ 4 ਆ ਗਿਆ ਹੋਇਆ, ਬਟ ਉਹ ਪੇਡ ਹੈ, ਮੈਂ 3.5 ਯੂਜ਼ ਕਰ ਰਿਹਾ ਫਰੀ ਗੱਲ. ਓਕੇ, 4 ਇਹ ਤੋਂ ਵੀ ਜ਼ਿਆਦਾ? ਉਹ ਤਾਂ ਬਹੁਤ ਕੁਛ ਆ ਗਿਆ ਉਹਦੇ 'ਚ, ਤਾਂ ਵੀਡੀਓ ਐਡਿਟਿੰਗ ਹੋ ਜਾਂਦੀ, ਫੋਟੋਜ਼ ਜਨਰੇਟ ਹੋ ਜਾਂਦੀਆਂ, ਬੜਾ ਕੁਛ ਹੋ ਜਾਂਦਾ ਉਹ 'ਚ, ਪਲੱਗਇਨ ਇੰਸਟਾਲ ਹੋ ਜਾਂਦੇ ਨੇ. ਓਕੇ, ਹਾਂ, ਉਹ ਤਾਂ ਬਹੁਤ ਐਡਵਾਂਸ ਚੀਜ਼ ਹੈ.